ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਸਾਡੇ ਮੀਡੀਆ ਦੇ ਸਾਰੇ ਸੱਜਣ, ਜਿਨ੍ਹਾਂ ਦੇ ਵਿੱਚ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਜਾਂ ਜਿੰਨੇ ਵੀ ਮੰਚ ਤੁਸੀਂ ਰੀਪ੍ਰਜੈਂਟ ਕਰਦੇ ਹੋ, ਜਿਨ੍ਹਾਂ ਦੇ ਵੀ ਤੁਸੀਂ ਪ੍ਰਤੀਨਿਧੀ ਹੋ, ਸਾਰਿਆਂ ਦਾ ਬਹੁਤ ਬਹੁਤ ਇੱਥੇ ਸਵਾਗਤ ਵੀ ਹੈ, ਧੰਨਵਾਦ ਵੀ ਹੈ। ਸ਼ੋਰਟ ਨੋਟਿਸ 'ਤੇ ਪਹੁੰਚੇ ਹੋ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਜਲੰਧਰ ਪੱਛਮੀ ਦੀ ਅਸੀਂ ਸੀਟ ਬਾਈ ਪੋਲ ਦੀ ਜਿਹੜੀ ਜਿਮਨੀ ਪੋਲ ਚੋਣ ਲੜ ਰਹੇ ਸੀ, ਤਾਂ ਮੈਂ ਇੱਕ ਵਾਅਦਾ ਕੀਤਾ ਸੀਗਾ ਕਿ ਹਫ਼ਤੇ ਦੇ ਵਿੱਚ ਦੋ ਦਿਨ ਘੱਟੋ ਘੱਟ ਮੇਰੀ ਹਾਜ਼ਰੀ ਰਹੂਗੀ, ਮੇਰੇ ਸੀਨੀਅਰ ਅਫਸਰ ਸਰਕਾਰ ਦੇ ਇੱਥੇ ਹਾਜ਼ਰ ਰਹਿਣਗੇ, ਯਾਨੀ ਕਿ ਦੁਆਬੇ ਅਤੇ ਮਾਝੇ ਦਾ ਇੱਕ ਕੈਂਪ ਆਫਿਸ ਬਣ ਜੂਗਾ ਜਲੰਧਰ, ਅਤੇ ਉਸੇ ਸਿਲਸਿਲੇ ਦੇ ਵਿੱਚ ਅੱਜ ਇਹ ਦੂਜਾ ਦਿਨ ਹੈ ਸਾਡਾ। ਕੱਲ੍ਹ ਪਹਿਲਾ ਦਿਨ ਸੀ, ਕੱਲ੍ਹ ਅਸੀਂ ਆਪਣੇ ਸਾਰੇ ਵਲੰਟੀਅਰਾਂ ਨੂੰ, ਵਾਰਡ ਇੰਚਾਰਜਾਂ ਨੂੰ, ਜਿੰਨੇ ਵੀ ਸਾਡੇ ਅਹੁਦੇਦਾਰ ਸਾਹਿਬਾਨ ਜਿਨ੍ਹਾਂ ਦੀ ਇਲੈਕਸ਼ਨ 'ਚ ਡਿਊਟੀ ਲੱਗੀ ਸੀ, ਮੈਂ ਉਹਨਾਂ ਨੂੰ ਮਿਲਿਆ। ਫਿਰ ਉਸ ਤੋਂ ਬਾਅਦ ਲਗਭਗ 3 ਵਜੇ ਤੋਂ ਲੈ ਕੇ 8:30 ਵਜੇ ਤੱਕ ਸ਼ਾਮ ਦੇ 5.5 ਘੰਟੇ ਆਪਣੇ ਰੈਜੀਡੈਂਸ 'ਤੇ ਜਲੰਧਰ ਵੈਸਟ ਦੇ ਲੋਕਾਂ ਨੂੰ ਜਾਂ ਆਲੇ ਦੁਆਲੇ ਤੋਂ ਆਪਣੇ ਕੰਮਾਂ ਕਰਨ ਲਈ ਆਏ ਲੋਕਾਂ ਨੂੰ ਆਸਰਾ ਸਮੇਤ ਮੈਂ ਮਿਲਿਆ, ਔਰ ਇਸ ਗੱਲ ਦਾ ਕਾਫੀ ਸਵਾਗਤ ਹੋ ਰਿਹਾ ਹੈ ਜਾਂ ਚੰਗਾ ਮੰਨਿਆ ਜਾ ਰਿਹਾ ਲੋਕਾਂ ਵੱਲੋਂ ਕਿ ਸਾਡਾ ਚੰਡੀਗੜ੍ਹ ਜਿਹੜਾ ਜਾਣ ਦਾ ਉਹ ਸਮਾਂ ਵੀ ਬਚੂਗਾ, ਅਤੇ ਨਾਲ ਦੀ ਨਾਲ ਦਿਹਾੜੀ ਵੀ ਬਚੂਗੀ, ਕਿਉਂਕਿ 150 ਕਿਲੋਮੀਟਰ ਦੇ ਲਗਭਗ ਕਹਿ ਰਹੇ ਜੀ ਕਟਿੰਗ ਹੋ ਰਹੀ ਹੈ। ਆ ਚਲਾ ਬਿਨਾਂ ਮਾਈਕ ਤੋਂ ਬੋਲ ਦੇਣਾ। ਸੋ ਕੱਲ੍ਹ ਜਲਾਲਾਬਾਦ ਤੋਂ, ਫਿਰੋਜ਼ਪੁਰ ਤੋਂ, ਪਠਾਨਕੋਟ ਤੋਂ, ਅਜਨਾਲੇ ਤੋਂ, ਪੱਟੀ ਤੋਂ, ਨਕੋਦਰ ਤੋਂ, ਨਵਾਂਸ਼ਹਿਰ ਤੋਂ, ਟਾਂਡੇ ਤੋਂ, ਦਸੂਏ ਤੋਂ ਬਹੁਤ ਸਾਰੇ ਲੋਕ ਆਏ ਆਪਣੇ ਆਪਣੇ ਕੰਮਾਂ ਕਾਰਾਂ ਦੇ, ਸਾਂਝੇ ਕੰਮ ਲੈ ਕੇ ਵੀ ਆਏ, ਨਿੱਜੀ ਕੰਮ ਲੈ ਕੇ ਵੀ ਆਏ, ਕਿਉਂਕਿ ਮੇਰੇ ਨਾਲ ਅਫਸਰਾਂ ਦੀ ਸਾਰੀ ਟੀਮ ਬੈਠੀ ਸੀ, ਇਸ ਕਰਕੇ ਉਹਨਾਂ ਤੋਂ
ਉਹਨਾਂ ਦੀ ਜਿਹੜੀ ਹਰ ਮਸਲੇ ਨੂੰ ਅਸੀਂ ਅਟੈਂਡ ਕੀਤਾ। ਅੱਜ ਡਿਪਟੀ ਕਮਿਸ਼ਨਰ ਜਿੰਨੇ ਵੀ ਦੁਆਬੇ ਮਾਝੇ ਦੇ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਡੀ ਸੀ ਹੁਸ਼ਿਆਰਪੁਰ ਡੀ ਸੀ ਗੁਰਦਾਸਪੁਰ ਡੀ ਸੀ ਪਠਾਨਕੋਟ ਡੀ ਸੀ ਤਰਨ ਤਾਰਨ ਡੀ ਸੀ ਅੰਮ੍ਰਿਤਸਰ ਸਾਹਿਬ ਡੀ ਸੀ ਜਲੰਧਰ ਜਿੰਨੇ ਵੀ ਇਸ ਦੁਆਬੇ ਮਾਝੇ ਦੇ ਡਿਪਟੀ ਕਮਿਸ਼ਨਰ ਉਹਨਾਂ ਨਾਲ ਮੀਟਿੰਗ ਕੀਤੀ ਹੈ, ਸੀਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ ਹੈ, ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ, ਕਿਉਂਕਿ ਅਸੀਂ ਲਗਭਗ 4 ਮਹੀਨਿਆਂ ਦੇ ਇਲੈਕਸ਼ਨ ਕੋਡ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫਾਈਲਾਂ ਰੁਕੀਆਂ ਪਈਆਂ ਉਹਨੂੰ ਚਲਾ ਰਹੇ ਹਾਂ, ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਡ ਸੀਗਾ, 16 ਮਾਰਚ ਤੋਂ ਕੋਡ ਲੱਗ ਗਿਆ ਸੀਗਾ ਦੇਸ਼ ਦਾ, 1 ਜੂਨ ਨੂੰ ਚੋਣ ਸੀ, 4 ਜੂਨ ਨੂੰ ਰਿਜ਼ਲਟ ਸੀ, ਉਹ ਤੋਂ ਬਾਅਦ ਜਿੰਨੇ ਚਿਰ ਗੌਰਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ, ਉਸ ਤੋਂ ਬਾਅਦ ਨਾਲ ਦੀ ਨਾਲ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਦਾ ਕੋਡ ਲੱਗ ਗਿਆ। ਸੋ ਅੱਜ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਜਿਹੜੇ ਰੁਕੇ ਪਏ ਨੇ ਅਤੇ ਨਾਲ ਦੀ ਨਾਲ ਜਿਹੜੇ ਕੰਮ ਹੁਣ ਕਰਨੇ ਨੇ ਅੱਗੇ ਉਹਨਾਂ ਦਾ ਵੀ ਨਿਰਦੇਸ਼ ਦਿੱਤੇ ਗਏ। ਸਮਾਰਟ ਸਿਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ, ਕਿੰਨਾ ਪੈਸਾ ਆ ਗਿਆ ਸੈਂਟਰ ਦਾ, ਕਿੰਨਾ ਨਹੀਂ ਆਇਆ, ਸਮਾਰਟ ਸਿਟੀ ਦੇ ਤੌਰ 'ਤੇ ਅੰਮ੍ਰਿਤਸਰ ਹੈ ਉਹਦੇ ਬਾਰੇ ਜਾਂ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਅਤੇ ਲੋੜੀਂਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ। ਸੋ ਇਹ ਬੜਾ ਵਧੀਆ ਸਾਡਾ ਐਕਸਪੀਰੀਅੰਸ ਰਿਹਾ। ਹੁਣ ਵੀ ਜਾ ਕੇ ਇਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਘਰੇ ਲਗਭਗ 500 ਤੋਂ 800 ਦੇ ਕਰੀਬ ਲੋਕ ਬੈਠੇ ਨੇ, ਇਕੱਲੇ ਇਕੱਲਿਆਂ ਨੂੰ ਮਿਲੂੰਗਾ, ਕਿਉਂਕਿ ਇਹੀ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਮਿਲੋ, ਉਹਨਾਂ ਦੇ ਕੰਮਕਾਰ ਕਰੋ, ਆਈ ਕੰਟੈਕਟ ਹੋ ਜਾਏ ਤਾਂ ਬਹੁਤ ਜ਼ਿਆਦਾ ਵਧੀਆ। ਅਤੇ ਜਲੰਧਰ ਬਾਈ ਇਲੈਕਸ਼ਨ ਦੀ ਇਹ ਇੱਕ ਪ੍ਰਾਪਤੀ ਸਮਝ ਲਓ ਕਿ ਇੱਕ ਨਵੀਂ ਪਿਰਤ ਜਿਹੜੀ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਜਲੰਧਰ 'ਚ ਵੀ, ਸੰਗਰੂਰ 'ਚ ਅਸੀਂ ਪਹਿਲੀ ਉੱਥੇ ਬਹਿੰਦੇ ਹਾਂ, ਚੰਡੀਗੜ੍ਹ 'ਚ ਆਫੀਸ਼ੀਅਲ ਹੈਗਾ ਹੀ ਹੈ। ਸੋ ਮੈਂ ਜਦੋਂ ਇਲੈਕਸ਼ਨ ਜਿਸ ਦਿਨ ਰਿਜ਼ਲਟ ਆਏ ਸੀ ਉਸ ਦਿਨ ਪਹਿਲੀ ਸਪੀਚ ਮੈਂ ਸੰਗਰੂਰ ਆਪਣੇ ਘਰ, ਤੁਸੀਂ ਸਾਰੇ ਬਹੁਤ ਸਾਰੇ ਉੱਥੇ ਮੌਜੂਦ ਵੀ ਸੀ, ਮੈਂ ਉਦੋਂ ਇਹ ਕਿਹਾ ਸੀਗਾ ਕਿ ਸਰਕਾਰ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਕਸਬਿਆਂ 'ਚੋਂ ਚੱਲਿਆ ਕਰੂਗੀ, ਅਸੀਂ ਉਸ ਵਾਅਦੇ 'ਤੇ ਵੀ ਪੂਰੇ ਉਤਰ ਰਹੇ ਹਾਂ। ਸਰਕਾਰ ਤੁਹਾਡੇ ਦੁਆਰ ਦੇ ਨਾਂ 'ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ, ਪਿੰਡਾਂ ਜਾ ਰਹੇ ਨੇ, ਡੀ ਸੀ ਜਾ ਰਹੇ ਨੇ, SDM ਤਹਿਸੀਲਦਾਰ, ਬਹੁਤ ਸਾਰੀ ਜਗ੍ਹਾ 'ਤੇ ਤਹਿਸੀਲ ਰਜਿਸਟਰੀਆਂ ਵੀ ਹੋ ਰਹੀਆਂ ਨੇ, ਆਧਾਰ ਕਾਰਡ ਦੇ ਕੰਮ ਹੋ ਰਹੇ ਨੇ, ਜੋ ਵੀ ਲੋਕਾਂ ਦੇ ਕੰਮ ਨੇ। ਅਤੇ ਹੁਣ
ਇੱਕ ਰਾਜਧਾਨੀ ਦੇ ਤੌਰ 'ਤੇ ਜਲੰਧਰ ਨੂੰ ਜਿਹੜਾ ਉਹ ਅਸੀਂ ਮੰਨ ਰਹੇ ਹਾਂ ਕਿ ਇੱਥੇ ਹਫ਼ਤੇ 'ਚੋਂ 2 ਦਿਨ ਜ਼ਰੂਰ ਆਇਆ ਕਰਾਂਗੇ, ਬਾਕੀ 5 ਦਿਨ ਵੀ ਅਫਸਰ ਇੱਥੇ ਹੀ ਰਿਹਾ ਕਰਨ। ਮਤਲਬ ਇਹ ਨਹੀਂ ਹੈ ਕਿ 5 ਦਿਨ ਕੋਈ ਬੰਦ ਹੋ ਜੂਗਾ, ਕੋਈ ਨਾ ਕੋਈ ਐਪਲੀਕੇਸ਼ਨ ਲੈਣ ਵਾਲਾ ਜਾਂ ਕੋਈ ਗੱਲ ਸੁਣਨ ਵਾਲਾ ਇੱਥੇ ਹੋਊਗਾ। ਸੋ ਜ਼ਰੂਰੀ ਨਹੀਂ ਹੈਗਾ ਕਿ ਚੰਡੀਗੜ੍ਹ ਜਾਣਾ ਪਵੇ, ਅਤੇ ਨਾਲ ਦੀ ਨਾਲ ਅਨਾਊਂਸਮੈਂਟ ਅਸੀਂ ਪਹਿਲਾਂ ਕਰ ਦਿਆ ਕਰਾਂਗੇ। ਜਿਵੇਂ ਇਸ ਵਾਰ 24-25 ਹੈ, ਹੋ ਸਕਦਾ ਅਗਲੀ ਵਾਰ ਜਿਵੇਂ ਕੋਈ ਹੋਰ ਤਰੀਕਾ ਹੋਣ, ਜਿਵੇਂ ਸੋਮਵਾਰ ਮੰਗਲਵਾਰ ਹੈ, ਅਗਲੀ ਵਾਰ ਹੋ ਸਕਦਾ ਵੀਰਵਾਰ ਸ਼ੁੱਕਰਵਾਰ ਹੋਵੇ, ਉਸ ਤੋਂ ਅਗਲੀ ਵਾਰ ਹੋ ਸਕਦਾ ਮੰਗਲਵਾਰ ਬੁੱਧਵਾਰ ਹੋਵੇ। ਸੋ ਪਰ ਆਉਣਾ ਜ਼ਰੂਰ ਹੈ, ਇੱਥੇ ਅਟੈਂਡ ਜ਼ਰੂਰ ਕਰਨਾ ਆਉਣਾ। ਬਾਕੀ ਮੀਡੀਆ ਕੈਪੀਟਲ ਵੀ ਮੰਨਿਆ ਜਾਂਦਾ ਜਲੰਧਰ ਨੂੰ, ਤੁਹਾਡੇ ਨਾਲ ਵੀ ਫਿਰ ਅਕਸਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਅਤੇ ਅੱਜ ਡਿਪਟੀ ਕਮਿਸ਼ਨਰ ਵੱਲੋਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਨੂੰ ਦੱਸਿਆ ਗਿਆ ਕਿ ਆਹ ਲੋਕ ਆਹ ਕੰਮ ਰੁਕੇ ਪਏ ਨੇ ਜੀ, ਇਸ ਕੰਮ ਵਾਸਤੇ ਪੈਸਾ ਚਾਹੀਦਾ ਜੀ, ਆਹ ਕੰਮ ਦਾ ਅਸੀਂ ਟੈਂਡਰ ਲਾਤਾ ਜੀ, ਇਹਦਾ ਟੈਂਡਰ ਇੰਨੇ ਤਰੀਕੇ ਨੂੰ ਲੱਗ ਜੂਗਾ ਜੀ, ਸਾਰਾ ਕੁਛ ਅਸੀਂ ਅੱਜ ਉਹ ਡਿਸਕਸ ਕੀਤਾ ਲਗਭਗ 2 ਘੰਟੇ 2.5 ਘੰਟੇ। ਅਤੇ ਅਸੀਂ ਉਹਨਾਂ ਨੂੰ ਵੀ ਇਹੀ ਕਹਿ ਕੇ ਬਿਲਕੁਲ ਜਿੰਨਾ ਚਿਰ ਆਖਰੀ ਬੰਦਾ ਜਿਹੜਾ ਲਾਈਨ 'ਚ ਖੜ੍ਹਾ ਹੈ, ਜਿੰਨਾ ਚਿਰ ਉਹਦੀ ਗੱਲ ਨਹੀਂ ਸੁਣੀ ਜਾਂਦੀ, ਉਹਨਾਂ ਚਿਰ ਤੁਸੀਂ ਦਫ਼ਤਰ ਛੱਡ ਕੇ ਨਹੀਂ ਜਾਣਾ। ਸੋ ਹਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਹੁਣ ਇੱਕ CM ਵਿੰਡੋ ਵੀ ਬਣੂਗੀ, ਜਿੱਥੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਬੰਧਿਤ ਅਫਸਰ ਬੈਠਣਗੇ, MLA ਸਾਹਿਬਾਨ ਵੀ ਬੈਠਣਗੇ। ਉਹ ਕੰਮ ਸਾਡੇ ਕੋਲ ਜਿਹੜੇ ਜ਼ਿਲ੍ਹਾ ਪੱਧਰ ਦੇ ਨੇ ਉਹ ਜ਼ਿਲ੍ਹੇ ਪੱਧਰ 'ਤੇ ਹੋ ਜਾਣਗੇ, ਜਿਹੜੇ ਡਿਪਾਰਟਮੈਂਟ 'ਚ ਜਾਣਗੇ ਕਿਤੇ ਚੰਡੀਗੜ੍ਹ ਦੇ ਡਿਪਾਰਟਮੈਂਟ 'ਚ, ਉਹ ਇੱਥੋਂ ਪਹੁੰਚ ਜਾਣਗੇ, ਉਸ ਤੋਂ ਬਾਅਦ ਉਹਨਾਂ ਬੰਦਿਆਂ ਨਾਲ ਕੰਟੈਕਟ ਕਰ ਲਿਆ ਜਾਊਗਾ, ਤਾਂ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਜਿੰਨਾ ਹੋ ਸਕਦਾ ਖੱਜਲ ਖੁਆਰੀ ਤੋਂ ਬਿਨਾਂ ਉਹ ਕੰਮ ਹੋ ਸਕਣ। ਹੁਣ ਜਿਹੜਾ ਮੁੱਖ ਮਕਸਦ ਲਈ ਆਪਾਂ ਅੱਜ ਇਕੱਠੇ ਹੋਏ ਹਾਂ, ਦੇਖੋ ਪੰਜਾਬ ਦਾ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਯੋਗਦਾਨ ਕੋਈ ਲੁਕਿਆ ਛੁਪਿਆ ਨਹੀਂ, ਲਗਭਗ 90% ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ 'ਚ ਪੰਜਾਬੀਆਂ ਦੀਆਂ। ਜਦੋਂ ਦੇਸ਼ ਅਮਰੀਕਾ ਤੋਂ ਕਣਕ ਮੰਗਵਾਉਂਦਾ ਸੀ, ਭੁੱਖਮਰੀ ਸੀ, ਅਕਾਲ ਪੈ ਜਾਂਦੇ ਸੀ, ਉਸ ਤੋਂ ਬਾਅਦ ਅਨਾਜ ਭੰਡਾਰਾਂ ਨੂੰ ਭਰਨ ਦਾ ਜਿਹੜਾ ਕੰਮ ਹੈ ਹਰੀ ਕ੍ਰਾਂਤੀ ਰਾਹੀਂ ਪੰਜਾਬ ਨੇ ਕੀਤਾ, ਅਤੇ ਇੰਨਾ ਜ਼ਿਆਦਾ ਅਨਾਜ ਭੰਡਾਰ ਜਿਹੜੇ ਭਰਤੇ ਅਤੇ ਕਈ ਸਾਲਾਂ ਲਈ ਅਸੀਂ ਸੇਫ ਹਾਂ। ਬਲਕਿ ਹੁਣ ਪਹਿਲਾਂ ਅਸੀਂ ਮੰਗਾਉਂਦੇ ਸੀ, ਹੁਣ ਅਸੀਂ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਜਾਂ ਜਿਵੇਂ ਦਾਲਾਂ ਜਾਂ ਕੁਛ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਭੇਜਦੇ ਵੀ ਹਾਂ, ਅਤੇ ਉਸ ਪੰਜਾਬ ਨੂੰ ਤਾਂ ਘੱਟੋ ਘੱਟ ਇੱਕ ਸਪੈਸ਼ਲ ਦਰਜਾ ਤਾਂ ਮਿਲਣਾ ਚਾਹੀਦਾ ਸੀ। ਪਰ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ। ਸੋ ਇਸ ਕਰਕੇ
27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ, ਜਿੱਥੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ, ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ, ਕਿਉਂਕਿ ਇਹਨਾਂ ਦੀ ਨੀਅਤ ਦਾ ਸਾਨੂੰ ਪਤਾ ਲੱਗ ਗਿਆ ਨਾ। ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ 'ਚ ਕੱਢ ਦਿੰਦੇ, 26 ਜਨਵਰੀ 'ਚ ਸਾਡੀ ਝਾਕੀ ਕੱਢ ਦਿੰਦੇ, ਬਾਬਾ ਮਤਲਬ ਰਿਜੈਕਟ ਕਰ ਦਿੰਦੇ, RDF ਦਾ ਸਾਡਾ ਪੈਸਾ ਰੋਕੀ ਬੈਠੇ ਆ ਲਗਭਗ 6,000 ਕਰੋੜ, ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੋਕੀ ਬੈਠੇ ਆ, GST 'ਚ ਸਾਨੂੰ ਹਿੱਸਾ ਨਹੀਂ ਦਿੰਦੇ, ਜਦੋਂ ਕਿਤੇ ਕੋਈ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਮਿੰਟ 'ਚ, ਫਿਰ ਉੱਥੇ ਕੀ ਜਾ ਕੇ ਕਰਾਂਗੇ ਜੀ, ਉੱਥੇ ਕਾਹਦੇ ਵਾਸਤੇ, ਉੱਥੇ ਸਾਨੂੰ ਬੁਲਾ ਕੇ ਅਤੇ ਉੱਥੇ ਖੱਜਲ ਖੁਆਰ ਕਰਨਗੇ। ਬਜਟ ਦੇ ਵਿੱਚ ਦੇਖ ਲਓ ਤੁਸੀਂ, ਬਜਟ ਦੇ ਵਿੱਚ ਪੰਜਾਬ 3 ਅੱਖਰਾਂ ਦਾ ਸੂਬੇ ਦਾ ਨਾਮ, 3 ਅੱਖਰਾਂ ਬਜਟ 'ਚ ਪੰਜਾਬ ਨਾਂ ਦਾ ਲਫਜ਼ ਨਹੀਂ ਬੋਲਿਆ ਗਿਆ, ਪੰਜਾਬ ਇਕੱਲਾ, ਕਿ ਚਲੋ ਐਂ ਕਹਿ ਦਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਇੱਕ ਟ੍ਰੇਨ ਜਾਣੀ ਹੈ ਜਿਹੜੀ ਵਾਇਆ ਪੰਜਾਬ ਜਾਊਗੀ, ਪੰਜਾਬ ਹੀ ਕਹਿ ਦਿੰਦੇ ਕਿਤੇ ਨਾ ਕਿਤੇ, ਨਾ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ। ਕੁਛ ਦੇਣਾ ਤਾਂ ਬਾਅਦ ਦੀ ਗੱਲ ਹੈ, 47% ਅਸੀਂ ਫੁੱਟਬਾਲ 'ਚ ਹਿੱਸਾ ਪਾਉਂਦੇ ਹਾਂ, ਹਾਂ ਇੰਨਾ ਬਹੁਤ ਵਧੀਆ ਬੋਲਿਆ ਗਿਆ, 80 ਕਰੋੜ ਲੋਕਾਂ ਕੋ ਹਮ ਰਾਸ਼ਨ ਦੇਂਗੇ, ਉਹ ਰਾਸ਼ਨ ਕਿੱਥੋਂ ਆਉਂਦਾ ਜੀ, ਉਹ ਪੰਜਾਬ ਦਿੰਦਾ ਨਾ, ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ। ਬਜਟ ਦੇ ਵਿੱਚ ਪੰਜਾਬ ਦਾ ਨਾਂ ਨਹੀਂ ਬੋਲਿਆ ਗਿਆ, ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ, 532 ਕਿਲੋਮੀਟਰ ਸਰਹੱਦ ਲੱਗਦੀ ਹੈ, ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ 'ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇੜੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ, ਕੋਈ ਪੈਸਾ ਨਹੀਂ, ਕੋਈ ਬਜਟ ਨਹੀਂ। ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ, ਯੂਪੀ ਦੀ ਪੁਲਿਸ ਹੈ ਉਹ ਯੂਪੀ ਵਾਸਤੇ ਕੰਮ ਕਰਦੀ, ਪੰਜਾਬ ਦੀ ਪੁਲਿਸ ਹੈ 30% ਪੁਲਿਸ, 30-35% ਪੁਲਿਸ ਨੈਸ਼ਨਲ ਲੈਵਲ 'ਤੇ ਜਾਂ ਬਾਰਡਰ 'ਤੇ ਕੰਮ ਕਰ ਰਹੀ। ਸਿਰਫ 2 ਸਟੇਟਾਂ ਨੂੰ ਤੁਸੀਂ ਐਲਾਨ ਕਰਤਾ ਵੀ 1,000 ਕਰੋੜ ਦੇਵਾਂਗੇ, ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ। ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਅ 'ਤੇ ਲਾਤਾ। ਇਹ ਆਂਧਰਾ ਪਹਿਲਾਂ ਕਿਉਂ ਨਹੀਂ ਯਾਦ ਆਇਆ, ਜਦੋਂ ਮੈਂ MP ਸੀਗਾ ਇਹੀ ਆਂਧਰਾ ਦੇ TDP ਦੇ ਜਿਹੜੇ MP ਸੀ ਇਹਨਾਂ ਨੇ ਘੱਟੋ ਘੱਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ
ਵਾਅਦਾ ਕਰਕੇ ਗਏ ਸੀਗੇ ਅਤੇ ਤੁਸੀਂ ਪੂਰਾ ਨਹੀਂ ਕੀਤਾ, ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ, ਇਸ ਕਰਕੇ ਕੋਈ ਪ੍ਰੋਬਲਮ ਨਹੀਂ। ਹੁਣ ਉਹਨਾਂ ਬਿਨਾਂ ਸਰਦਾ ਨਹੀਂ, ਹੁਣ ਦੇ ਤਾ। ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲਉਂਗੇ? ਇੰਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ, ਜਿਹੜੀ ਸਟੇਟ 'ਚੋਂ ਬੀਜੇਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਸ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ? ਪੰਜਾਬ ਨਾਲ ਵੀ ਇਹੀ ਕਰ ਰਹੇ ਨੇ। ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀ ਆਯੋਗ 'ਚ? ਇੱਦੋਂ ਪਹਿਲਾਂ ਵੀ ਗਿਆ ਨੀਤੀ ਆਯੋਗ 'ਚ, ਬੋਲਿਆ ਉਹ ਰੁਪਈਆ ਨਹੀਂ ਦਿੰਦੇ ਜੀ। ਸੋ ਇਸ ਕਰਕੇ ਇੰਡੀਆ ਅਲਾਇੰਸ ਨੇ ਜੋ ਫੈਸਲਾ ਕੀਤਾ, ਜਿੰਨੇ ਮੁੱਖ ਮੰਤਰੀ ਇੰਡੀਆ ਅਲਾਇੰਸ ਦੇ ਨੇ, ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ। ਔਰ ਬਜਟ ਦੇ ਵਿੱਚ ਵੀ ਕੱਲ੍ਹ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਅੰਦਰ ਵੀ, ਪਾਰਲੀਮੈਂਟ ਦੇ ਬਾਹਰ ਵੀ, ਕਿ ਕੁਰਸੀ ਬਚਾਓ ਬਜਟ ਹੈ। ਫਾਈਨਾਂਸ ਕਮਿਸ਼ਨਰ ਆਏ ਸੀਗੇ 3 ਦਿਨ ਪਹਿਲਾਂ, ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦੇਤੀ ਕਿ ਜੀ ਆਹ ਸਾਡਾ ਜਿਹੜਾ ਸਟੇਟਸ ਹੈ ਅਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ, ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਤਾਂ ਲਗਭਗ ਹਰ 1 ਜਾਂ 2 ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਿਰੰਗੇ 'ਚ ਲਾਸ਼ ਲਿਫਟ ਕੇ ਆਉਂਦੀ ਹੈ, ਚਾਹੇ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ, ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ, ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ, ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ। ਅਸੀਂ ਤਾਂ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਹਾਂ, ਮਰੀ ਜਾਂਦੇ ਹਾਂ, ਅਤੇ ਸਾਨੂੰ ਤੁਸੀਂ ਆਜ਼ਾਦੀ ਦੀਆਂ ਝਾਕੀਆਂ 'ਚੋਂ ਵੀ ਕੱਢੀ ਜਾਂਦੇ ਹੋ। ਸੋ ਇਧਰਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ 'ਤੇ, ਇਧਰਲੇ ਪਾਸੇ ਤਾਰ ਲੱਗੀ ਹੋਈ ਹੈ ਪਾਕਿਸਤਾਨ ਵਾਲੇ ਬਾਰਡਰ 'ਤੇ, ਇੱਧਰ ਚੀਨ ਹੈ, ਚਾਰੇ ਪਾਸੇ ਸਾਨੂੰ ਲੌਕ ਕਰਕੇ ਕਹਿੰਦੇ ਲੈ ਹੁਣ ਤਰੱਕੀ ਕਰਕੇ ਦਿਖਾਓ। ਮੈਂ ਇੰਡਸਟਰੀ ਵਾਲਿਆਂ ਕੋਲ ਜਾਂਦਾ, ਇੰਡਸਟਰੀ ਵਾਲੇ ਕਹਿੰਦੇ ਜੀ ਬਹੁਤ ਦਿਲ ਕਰਦਾ ਪੰਜਾਬ ਮੇ ਕਾਮ ਕਰਨੇ ਕੇ ਲੀਏ, ਲੇਕਿਨ ਕਠੂਆ ਜਾਣੇ ਮੇਂ ਫਾਇਦਾ ਹੈ, ਵਹਾਂ ਪੇ ਹਮੇਂ ਟੈਕਸ ਹੈਵਨ, ਹਮੇਂ ਟੈਕਸ ਮੇਂ ਛੋਟ ਮਿਲਤੀ ਹੈ, ਬਦੀ ਜਾਣੇ ਮੇਂ ਫਾਇਦਾ ਹੈ, ਛੋਟ ਮਿਲਤੀ ਹੈ। ਜੇ ਤੁਸੀਂ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਦੇ ਸਕਦੇ ਹੋ ਸਪੈਸ਼ਲ ਪੈਕੇਜ, ਤਾਂ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਜੀ? ਅਸੀਂ ਵੀ ਤਾਂ ਲੈਂਡ ਲੌਕ ਸਟੇਟ ਹੀ ਹਾਂ ਨਾ। ਹਾਲਾਂਕਿ ਮੇਰੀ ਪੂਰੀ ਤਿਆਰੀ ਹੈ, ਮੈਨੂੰ ਅੱਜ ਕਹਿ ਦੇਣ, ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ, ਮੈਂ ਟਿਪਸ 'ਤੇ ਗਿਣਾ ਦੂੰਗਾ ਕਿ ਅਸੀਂ ਕਿੱਥੇ ਕਿੱਥੇ ਮਾਰ ਖਾਧੀ ਹੈ, ਸਾਨੂੰ ਕਿੱਥੇ ਕਿੱਥੇ ਰਗੜੇ ਪਏ ਨੇ। ਤੁਸੀਂ ਹੈਰਾਨ ਹੋ ਜਾਓਗੇ, ਜੋ ਦੀਨਾਨਗਰ ਪਠਾਨਕੋਟ ਅਟੈਕ ਹੋਏ, ਮੈਂ ਉਦੋਂ MP ਸੀ, 7.5 ਕਰੋੜ ਰੁਪਈਆ ਇੱਥੇ ਪੈਰਾਮਿਲਟਰੀ ਭੇਜਣ ਦਾ ਖਰਚਾ ਪਾਤਾ ਸਾਨੂੰ ਪੰਜਾਬ ਨੂੰ, ਕਿ 7.5 ਕਰੋੜ ਰੁਪਇਆ ਦਿਓ ਜੀ, ਅਸੀਂ ਪੈਰਾਮਿਲਟਰੀ ਫੋਰਸ ਭੇਜੀ ਸੀ ਤੁਹਾਡੇ ਵਾਸਤੇ ਪਠਾਨਕੋਟ। ਤਾਂ ਮੈਂ ਆਪਣੇ ਕੁਲੀਗ ਸੀਗੇ ਮੇਰੇ ਫਰੀਦਕੋਟ ਤੋਂ MP ਪ੍ਰੋਫੈਸਰ ਸਾਧੂ ਸਿੰਘ ਜੀ, ਮੈਂ ਉਹਨਾਂ ਨੂੰ ਨਾਲ ਲੈ ਕੇ ਰਾਜਨਾਥ ਸਿੰਘ ਜੀ ਨੂੰ ਮਿਲਿਆ, ਮੈਂ ਕਿਹਾ ਜੀ ਇੱਕ ਬੇਨਤੀ ਕਰਨੀ ਹੈ, ਸਾਡੇ MP ਲੈਡ 'ਚੋਂ ਕੱਟ ਲਓ ਜੀ, ਸਾਨੂੰ 5 ਕਰੋੜ ਰੁਪਇਆ ਇੱਕ ਸਾਲ ਦਾ ਇੱਕ MP ਨੂੰ ਮਿਲਦਾ, 7.5 ਕਰੋੜ ਰੁਪਇਆ ਸਾਡੇ MP ਲੈਡ 'ਚੋਂ ਕੱਟ ਲਓ ਜੀ, ਹੋਰ ਸਾਡੇ ਕੋਲ ਅਸੀਂ ਹੁਣ ਕਿੱਥੋਂ ਦੇ ਦਈਏ? ਮਤਲਬ ਪੰਜਾਬ ਨੂੰ ਮਿਲਟਰੀ ਵੀ ਕਿਰਾਏ 'ਤੇ ਮਿਲਦੀ ਹੈ ਜੀ,
ਅੱਛਾ ਜਦੋਂ ਉਹ ਅਟੈਕ ਕਰਨ ਆਏ ਸੀਗੇ ਦੀਨਾਨਗਰ ਜਾਂ ਪਠਾਨਕੋਟ, ਪੰਜਾਬ 'ਤੇ ਅਟੈਕ ਕਰਨ ਆਏ ਸੀ? ਉਹ ਤਾਂ ਦਿੱਲੀ ਜਾਣ ਨੂੰ ਫਿਰਦੇ ਸੀ, ਪੰਜਾਬ 'ਚ ਤਾਂ ਅਸੀਂ ਰੋਕਦੇ ਹਾਂ ਉਹਨਾਂ ਨੂੰ, ਪੰਜਾਬ ਤਾਂ ਹਿੱਕ ਡਾ ਕੇ ਉਹਨਾਂ ਨੂੰ ਮੂਹਰੇ ਖੜਦਾ, ਅਤੇ ਉਹਦੇ ਵੀ ਸਾਨੂੰ ਪੈਸੇ ਦੇਣੇ ਪੈ ਰਹੇ ਨੇ ਜੀ। ਪੰਜਾਬ ਪੁਲਿਸ ਸਾਡੀ ਬਾਰਡਰਾਂ 'ਤੇ ਕੰਮ ਕਰ ਰਹੀ ਹੈ, ਉਹਦੀ ਤਨਖਾਹ ਸਾਨੂੰ ਦੇਣੀ ਪੈ ਰਹੀ ਹੈ ਜੀ। ਸੋ ਇਹ ਤਾਂ ਉਹ ਗੱਲ ਹੈ ਕਿ ਸਮੁੰਦਰ 'ਚੋਂ ਮੋਤੀ ਵੀ ਲੱਭ ਕੇ ਲਿਆਓ ਅਤੇ ਭੇਜਣਾ ਵੀ ਨਹੀਂ, ਗਿੱਲੇ ਵੀ ਨਹੀਂ ਹੋਣੇ ਚਾਹੀਦੇ ਤੁਸੀਂ। ਸੋ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ, ਜਸਟ ਇੱਕ ਫੋਰਮੈਲਿਟੀ ਹੈ, ਅਸੀਂ ਉਸ ਬੈਠਕ ਦਾ ਬਾਈਕਾਟ ਕਰਨ ਲੱਗੇ ਹਾਂ। ਉਹ ਕੋਈ ਉਮੀਦ ਨਹੀਂ, ਹਾਂ ਪੰਜਾਬ ਨੂੰ ਖੜ੍ਹਾ ਕਰਨਾ, ਪੈਰਾਂ ਸਿਰ ਕਰਨਾ, ਅਸੀਂ ਆਪਣੀ ਮਿਹਨਤ ਨਾਲ ਕਰਾਂਗੇ, ਅਸੀਂ ਆਪਣੇ ਸੋਰਸਿਸ ਰਿਸੋਰਸਿਸ ਸਾਰੇ ਵਰਤਾਂਗੇ, ਅਤੇ ਪੰਜਾਬ ਦਾ ਖਜ਼ਾਨਾ ਵੀ ਨਹੀਂ ਖਾਲੀ ਹੋਣ ਦੇਣਾ। ਪਰ ਅਸੀਂ ਇਹਨਾਂ ਤੋਂ ਭੀਖ ਥੋੜ੍ਹੀ ਮੰਗ ਰਹੇ ਹਾਂ, ਹੱਕ ਮੰਗ ਰਹੇ ਹਾਂ, ਅਤੇ ਅਸੀਂ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੋਲਿਸੀਜ਼ ਲੋਕ ਹਿੱਤ ਲੈ ਕੇ ਆਵਾਂਗੇ, ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਟੈਕਸ ਦੇ ਪੈਸੇ ਦਾ ਮੁੱਲ ਵੀ ਮਿਲੂਗਾ, ਅਤੇ ਨਾਲ ਦੀ ਨਾਲ ਪੰਜਾਬ ਜਿਹੜਾ ਉਹਨੂੰ ਕਰਜ਼ੇ ਤੋਂ ਮੁਕਤ ਵੀ ਕਰਨਾ, ਘਟਾਉਣਾ ਵੀ ਹੈ। ਤੋ ਸਾਰਾ ਸਾਡੇ ਕੋਲ ਨਕਸ਼ਾ ਬਣਿਆ ਪਿਆ ਜੀ। ਹਾਂਜੀ ਹਾਂਜੀ, ਆਇਆ ਕਿ ਪੰਜਾਬ ਕਾ ਨਾਮ ਹੀ ਨਹੀਂ ਲਿਆ ਗਿਆ ਜੀ। ਤੋ ਹਮ ਆਲਰੇਡੀ ਸੁਪਰੀਮ ਕੋਰਟ ਮੇਂ ਹੈ, ਕੇਰਲਾ ਸੁਪਰੀਮ ਕੋਰਟ ਮੇਂ ਹੈ ਆਪਣੀ ਮੰਗੋਂ ਕੋ ਲੈ ਕੇ, ਵੈਸਟ ਬੰਗਾਲ ਸੁਪਰੀਮ ਕੋਰਟ ਮੇਂ ਹੈ ਕਿ ਹਮਾਰਾ ਪੈਸਾ ਨਹੀਂ ਦੇ ਰਹੇ, ਤਮਿਲਨਾਡੂ ਸੁਪਰੀਮ ਕੋਰਟ ਮੇਂ ਹੈ, ਝਾਰਖੰਡ ਸੁਪਰੀਮ ਕੋਰਟ ਮੇਂ। ਇਹ ਸਿਰਫ ਉਹੀ ਸਟੇਟ ਕਿਉਂ ਸੁਪਰੀਮ ਕੋਰਟ ਮੇਂ ਜਾਣੇ ਪਰ ਮਜਬੂਰ ਹੈ ਜਾਂ ਬੀਜੇਪੀ ਸਰਕਾਰ ਨਹੀਂ ਹੈ? ਤੋ ਮਾਮਲਾ ਸਬ ਜੁਡੀਸ ਹੈ, ਹਮੇਂ ਉਮੀਦ ਹੈ ਕਿ ਸਰਵਉੱਚ ਨਿਆਇਲਿਆ ਜੋ ਹੈ ਵੋ ਹਮਾਰੇ ਪਕਸ਼ ਮੇਂ ਫੈਸਲਾ ਦੇਗਾ। ਮਤਲਬ ਸਬਸੇ ਪਹਿਲੇ ਤੋ ਯਹੀ ਮਤਲਬ ਇੱਕ ਦੁੱਖ ਕੀ ਬਾਤ ਹੈ ਕਿ ਆਪਣਾ ਪੈਸਾ ਲੈਣੇ ਕੇ ਲੀਏ ਫੈਡਰਲ ਗੌਰਮੈਂਟ ਸੇ ਆਪਣਾ ਸ਼ੇਅਰ ਲੈਣੇ ਕੇ ਲੀਏ ਹਮੇਂ ਸੁਪਰੀਮ ਕੋਰਟ ਜਾਣਾ ਪੜ ਰਿਹਾ ਹੈ। ਇਤਨਾ ਜ਼ਿਆਦਾ ਪੋਲੀਟੀਕਲ ਵੈਂਡੈਂਟਾ ਕਭੀ ਸੁਣਾ ਨਹੀਂ ਥਾ ਕਿ ਇਤਨਾ ਜ਼ਿਆਦਾ ਜੇ ਮਤਲਬ ਕੁਛ ਵੀ ਕਰ ਦਿਓ ਆਪਕਾ ਪੈਸਾ ਰੋਕ ਲੇਂਗੇ ਜੀ, ਇਸਕਾ ਨਾਮ ਯੇ ਰੱਖੋ ਇਸ ਸਕੀਮ ਕਾ ਵਰਨਾ ਪੈਸੇ ਨਹੀਂ ਦੇਂਗੇ ਜੀ। ਮਤਲਬ ਇਹ ਤੋਂ ਬਹੁਤ ਹੀ ਦੁਖਦ ਹੈ, ਲੇਕਿਨ ਉਹ ਹੈ ਨਾ ਕਿ ਅਗਰ ਪੰਜਾਬ ਕਾ ਯੋਗਦਾਨ ਮਾਨਾ ਜਾਏ, ਚਾਹੇ ਉਹ ਐਗਰੀਕਲਚਰ ਕੇ ਖੇਤਰ ਮੇਂ ਚਾਹੇ ਉਹ ਦੇਸ਼ ਸੇਵਾ ਕੇ ਖੇਤਰ ਮੇਂ, ਤੋ ਪੰਜਾਬ ਕਾ ਕੋਈ ਸਾਨੀ ਨਹੀਂ ਹੈ, ਲੇਕਿਨ ਪੰਜਾਬ ਕਾ ਸਾਰਾ ਹਮ ਝੁਕਨੇ ਨਹੀਂ ਦੇਂਗੇ, ਲੜਾਈ ਲੜੇਂਗੇ, ਲੜ ਰਹੇ। ਇਹਦੇ 'ਚ ਇਹੀ ਮੈਸੇਜ ਹੈ ਕਿ ਸਾਨੂੰ ਇਹ ਪਤਾ ਹੈ ਕਿ ਤੁਸੀਂ ਤੁਹਾਡੇ ਬਜਟ ਨੇ ਦੱਸਤਾ ਕਿ ਸਾਨੂੰ ਕੀ ਦਿਓਗੇ ਤੁਸੀਂ। ਨੀਤੀ ਆਯੋਗ ਬਜਟ ਮੁਤਾਬਕ ਹੀ ਚੱਲਦਾ ਨਾ, ਤਾਂ ਬਜਟ 'ਚ ਤਾਂ ਸਾਨੂੰ ਕੋਈ ਇੱਕ ਰੁਪਈਆ ਵੀ ਨਹੀਂ ਦਿੱਤਾ ਤੁਸੀਂ, ਬਜਟ 'ਚ ਤਾਂ ਸਾਨੂੰ ਤੁਸੀਂ ਨਾਮ ਵੀ ਨਹੀਂ ਲਿਆ ਸਾਡੀ ਸਟੇਟ ਦਾ। ਚਲੋ ਕਿਸੇ ਇਹੀ ਕਹਿ ਦਿੰਦੇ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਕੁਰਬਾਨੀ ਹੈ ਉਹਦੀ ਹਮ ਪ੍ਰਸ਼ੰਸਾ ਕਰਦੇ ਹਾਂ, ਇੰਨੇ ਹੀ ਕਹਿ ਦਿੰਦੇ ਨਾ। ਸੋ ਬਜਟ 'ਚ ਤਾਂ ਕੁਛ ਹੈ ਨਹੀਂ, ਤਾਂ ਨੀਤੀ ਆਯੋਗ 'ਚੋਂ ਕੀ ਲੈ ਲਾਂਗੇ ਜੀ ਅਸੀਂ?
ਪਹਿਲਾਂ ਮੈਂ ਦੋ ਵਾਰ ਨੀਤੀ ਆਯੋਗ ਜਾ ਕੇ ਆਇਆ, ਬਹੁਤ ਪਿੱਟ ਕਹਿ ਕੇ ਆਹ ਹਾਲਤ ਹੈ ਜੀ, ਆਹ ਹਾਲਤ ਹੈ, ਸਾਨੂੰ ਆਹ ਪੈਸੇ ਦੇ ਦਿਓ, ਪੁਰਾਣੀਆਂ ਗੌਰਮੈਂਟਾਂ ਨੇ ਆਹ ਗਲਤ ਡਿਸੀਜਨ ਲੈ ਲਏ, ਹੁਣ ਅਸੀਂ ਠੀਕ ਕਰ ਰਹੇ ਹਾਂ, ਪੰਜਾਬ ਨੂੰ ਠੀਕ ਕਰ ਲਾਂਗੇ, ਕੁਛ ਨਹੀਂ ਦਿੰਦੇ ਜੀ। ਸੋ ਇੱਥੋਂ ਇਹੀ ਸਿੱਧ ਹੁੰਦਾ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਸਿਰਫ ਬੀਜੇਪੀ ਦਾ ਬਜਟ ਬਣਾਉਂਦੀ ਹੈ, ਦੇਸ਼ ਦਾ ਬਜਟ ਨਹੀਂ ਬਣਾਉਂਦੀ। ਇਹ ਤਾਂ ਮਤਲਬ ਬਹੁਤ ਦੁੱਖ ਦੀ ਗੱਲ ਹੈ ਨਾ ਕਿ ਮਤਲਬ ਇਹਨਾਂ ਨੇ ਇਹਦਾ ਮਤਲਬ ਕਿਸਾਨਾਂ ਨੂੰ ਕੁੱਟਣ ਦਾ ਉਹਨਾਂ ਨੂੰ ਇਨਾਮ ਮਿਲ ਰਿਹਾ। ਇੱਕ ਪਾਸੇ ਤਾਂ ਅਥਰੂ ਗੈਸ ਦੇ ਗੋਲੇ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਚੱਲ ਰਹੀਆਂ ਜਿਹਦੇ ਸਾਡੇ ਕਿਸਾਨ ਸ਼ਹੀਦ ਵੀ ਹੋਏ ਨੇ, ਸ਼ੁਭਕਰਨ ਦੀ ਮੌਤ ਵੀ ਹੋਈ ਹੈ, ਦੂਜੇ ਪਾਸੇ ਤੁਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹੋ। ਪਹਿਲਾਂ ਰਸ਼ੀਆ ਦਾ ਤਾਂ ਕਹਿੰਦੇ ਯੁੱਧ ਰੁਕਵਾ ਦਿੰਦੇ ਹਾਂ ਜੀ ਅਸੀਂ, ਯੂਕਰੇਨ 'ਚੋਂ ਬੰਦੇ ਕੱਢਣ ਵਾਸਤੇ ਉਹ ਐਡ ਆਉਂਦੀ ਹੈ ਨਾ, ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ, ਉਹ ਉੱਥੇ ਵਾਲਾ ਯੁੱਧ ਬਾਅਦ 'ਚ ਰੁਕਵਾ ਦਿਓ, ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲਓ, ਸ਼ੰਭੂ ਬਾਰਡਰ ਵਾਲਾ ਤਾਂ ਠੀਕ ਕਰ ਲਓ, ਇਹਨਾਂ ਨਾਲ ਤਾਂ ਗੱਲ ਕਰ ਲਓ। ਇਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਜੀ, ਉੱਪਰਲੀਆਂ ਗੱਲਾਂ ਕਰਦੇ ਆ ਕਿ ਪਤਾ ਨਹੀਂ ਅਸੀਂ ਐਂ ਕਰ ਦਿੰਦੇ ਹਾਂ, ਉਹ ਕਰ ਦਿੰਦੇ ਹੁੰਦੇ ਹਾਂ, ਦੇਸ਼ ਤਾਂ ਹੁਣ ਇੰਟਰਨੈਸ਼ਨਲ ਲੈਵਲ 'ਤੇ ਪ੍ਰਧਾਨ ਮੰਤਰੀ ਜਿਹੜਾ ਉਹ ਐਡਾ ਵੱਡਾ ਲੀਡਰ ਬਣ ਗਿਆ ਕਿ ਉਹਦੀ ਸਾਰੀ ਦੁਨੀਆ ਮੰਨਣ ਲੱਗ ਗਈ, ਤਾਂ ਹੁਣ ਅਮਰੀਕਾ ਨੇ ਆਪਣੇ ਸਿਟੀਜ਼ਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਮਨੀਪੁਰ ਅਤੇ ਜੰਮੂ ਕਸ਼ਮੀਰ ਦੇ ਟਰੈਵਲ ਨਾ ਕਰੋ। ਇਹ ਕੀ ਹੈ ਜੀ ਫਿਰ, ਇਹਦੇ ਬਾਰੇ ਜੋ ਮੋਦੀ ਜਵਾਬ ਦੇਣਗੇ, ਕਦੇ ਮਨੀਪੁਰ ਗਏ ਆਪ ਕਦੇ ਹੋ? ਹਰਿਆਣਾ 'ਚ ਨੂੰਹ ਦੇ ਵਿੱਚ ਦੰਗੇ ਹੋਏ ਕੋਈ ਕਦੇ ਗਏ ਨਾ? ਆਪਣੇ ਆਪ ਹੀ ਕਈ ਜਣੇ ਬਸ ਸਭ ਕੁਝ ਠੀਕ ਹੈ, ਤੋ ਇਸ ਵਾਰ ਸੇਕ ਲੱਗ ਗਿਆ ਘੱਟ ਗਏ, ਤਾਂ ਹੁਣ ਬਸ ਉਹਨਾਂ ਕੰਮਾਂ 'ਤੇ ਲੱਗੇ ਕਿ ਬਚਾਉਣਾ ਕਿਵੇਂ, ਆਪਣੇ ਕੁਰਸੀ ਕਿਵੇਂ ਬਚਾਉਣੀ ਹੈ, ਇਹ ਕਰਨਾ ਉਹ ਕਰਨਾ। ਸੋ ਇੰਡੀਆ ਗੱਠਜੋੜ ਵੀ ਇਹਦੇ ਵਿੱਚ ਸ਼ਾਮਿਲ ਹੈ, ਇੰਡੀਆ ਗੱਠਜੋੜ ਦੇ ਵੀ ਜਿਹੜੇ ਮੁੱਖ ਮੰਤਰੀ ਨੇ ਉਹ ਨੀਤੀ ਆਯੋਗ ਦੀ ਬੈਠਕ 'ਚ ਨਹੀਂ ਜਾਣਗੇ, ਕਿਉਂਕਿ ਸਾਨੂੰ ਪੱਕਾ ਪਤਾ ਹੈ ਜੀ ਕਿ ਜਦੋਂ ਸਾਡੇ ਤਾਂ ਤੁਸੀਂ ਪੈਸੇ ਨੀਤੀ ਆਯੋਗ ਨੇ ਪੈਸੇ ਦੇਣੇ ਨੇ, ਤੁਸੀਂ ਪੈਸੇ ਦੇਣ ਦੀ ਗੱਲ ਛੱਡੋ, ਜਿਹੜੇ ਸਾਡੇ ਪੁਰਾਣੇ ਰਹਿੰਦੇ ਨੇ ਉਹੀ ਦੇ ਦੇਣ, RDF ਦਾ ਪੈਸਾ ਦੇ ਦੇਣ, NHM ਦਾ ਪੈਸਾ ਦੇ ਦੇਣ, ਘੱਟੋ ਘੱਟ 10,000 ਕਰੋੜ ਪੰਜਾਬ ਦਾ ਰੋਕਿਆ ਹੋਇਆ, ਕੋਈ ਕਾਰਨ ਨਹੀਂ, ਕੋਈ ਨਹੀਂ, ਬਸ ਵੈਸੇ ਹੀ ਰੋਕਿਆ ਹੋਇਆ। ਸੋ ਅਸੀਂ ਇਸ ਕਰਕੇ ਰੋਸ ਪ੍ਰਗਟ ਕਰ ਰਹੇ ਹਾਂ ਕਿ ਇੱਦਾਂ ਨਹੀਂ ਚੱਲੂਗਾ। ਹੈਂਜੀ, ਫਿਰ BJP ਵਾਲੇ ਜਾਣਗੇ ਉੱਥੇ, ਪਹਿਲਾਂ ਵੀ ਤਾਂ ਇਹੀ ਹੁੰਦਾ ਰਿਹਾ ਉਹਨਾਂ ਦੇ। ਅੱਛਾ, ਉਹਨਾਂ ਦੇ ਗਵਰਨਰ ਹੀ ਜਿਹੜੇ ਨੇ ਉਹ ਗਵਰਨਰ ਵੀ ਜਾਣਗੇ ਉੱਥੇ, ਗਵਰਨਰ ਬੋਲਣਗੇ ਉੱਥੇ। ਗੁਜਰਾਤ ਦਾ ਗਵਰਨਰ ਕਿਉਂ ਨਹੀਂ ਚਿੱਠੀ ਲਿਖਦਾ ਜੀ ਮੁੱਖ ਮੰਤਰੀ ਨੂੰ ਆਪਦੇ ਨੂੰ ਕਿ ਹਿਸਾਬ ਕਿਤਾਬ ਦਿਓ ਜੀ? ਰਾਜਸਥਾਨ ਦਾ ਗਵਰਨਰ ਕਿਉਂ ਨਹੀਂ ਬਾਰਡਰ ਦਾ ਦੌਰਾ ਕਰਦਾ ਜੀ? ਪੰਜਾਬ ਨਾਲੋਂ 2.5 ਗੁਣਾ ਵੱਡਾ ਬਾਰਡਰ ਹੈ ਰਾਜਸਥਾਨ ਦਾ। ਜਿੰਨੇ ਵੀ BJP ਦੀਆਂ ਸਟੇਟਾਂ ਵਾਲੇ ਗਵਰਨਰ ਨੇ ਉਹ ਕਦੇ ਬੋਲਦੇ ਦੇਖੇ? ਇੱਥੇ ਸਾਡੇ ਨਾਲ ਤੀਜੇ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ 'ਤੇ ਪੰਗਾ ਪਾਈ ਰੱਖਦੇ, ਹੁਣ ਮੈਂ ਇੱਥੇ ਜਾਊਂਗਾ, ਹੁਣ ਮੈਂ ਉੱਥੇ ਜਾਊਂਗਾ, ਹੁਣ ਇੱਧਰ ਜਾਊਂਗਾ, ਇੱਧਰ ਜਾ। ਨਹੀਂ ਨਹੀਂ
ਜਿਹੜਾ ਸਾਡੇ ਪ੍ਰਤੀਨਿਧੀ ਆਉਣਗੇ ਪੰਜਾਬ ਕੋਲ ਇੰਨਾ ਇਨਫ ਬਜਟ ਹੈਗਾ ਨਾ, ਇਹ ਤਾਂ ਫਿਊਚਰ ਦੀਆਂ ਕਹਿੰਦੇ ਹਾਂ ਅਸੀਂ। ਅਸੀਂ ਫਾਈਨਾਂਸ ਕਮਿਸ਼ਨਰ ਜਦੋਂ ਆਇਆ ਪੰਜਾਬ ਪਰਸੋਂ, ਅਸੀਂ ਸਾਰਾ ਕੁਛ ਰੱਖ ਕੇ ਉਹਨਾਂ ਸਾਹਮਣੇ ਰੱਖਤਾ ਕਿ ਆਹ ਸਾਡੀ ਕੰਡੀਸ਼ਨ ਹੈ ਜੀ। ਆਹ ਅਸੀਂ GST 'ਚ ਅਸੀਂ ਅਪ ਗਏ ਹਾਂ, ਗ੍ਰੀਨ 'ਚ ਗਏ ਹਾਂ। ਅਸੀਂ ਸਟੈਂਪ ਪੇਪਰ ਜੋ ਸਟੈਂਪ ਡਿਊਟੀ ਹੈ ਉਹਦੇ 'ਚ ਅਪ ਗਏ ਹਾਂ। ਅਸੀਂ ਐਕਸਾਈਜ਼ ਦੇ ਵਿੱਚ ਅਪ ਗਏ ਹਾਂ। ਅਸੀਂ ਛੋਟੇ ਜਿਹੇ ਆਮ ਘਰਾਂ 'ਚੋਂ ਆਏ ਹੋਏ ਹਾਂ ਅਸੀਂ, ਸਾਨੂੰ ਪੈਸਿਆਂ ਬਾਰੇ ਬਚਾਉਣ ਬਾਰੇ ਪਤਾ ਹੈ। ਆਪਾਂ ਤਾਂ ਦੁਕਾਨਦਾਰ ਨਾਲ ਵੀ 10-15 ਮਿੰਟ ਬਹਿਸ ਕਰਦੇ ਹਾਂ ਕਿ ਯਾਰ ਠੀਕ ਠੀਕ ਲਾ ਲਾ, ਮੈਂ ਤਾਂ ਤੂੰ ਹਰ ਰੋਜ਼ ਸਮਾਨ ਲੈ ਕੇ ਜਾਣਾ, ਅਗਲੀ ਵਾਰ ਤਾਂ ਤੂੰ ਵੱਧ ਸੌਦਾ ਲੈ ਕੇ ਜਾਊਂਗਾ, ਤੂੰ ਠੀਕ ਠੀਕ ਲਾ ਲਾ। ਆਪਾਂ ਤਾਂ ਪੈਸਾ ਪੈਸਾ ਬਚਾਉਣ ਵਾਲੇ ਬੰਦੇ ਹਾਂ, ਸੋ ਅਸੀਂ ਪੈਸਾ ਪੈਸਾ ਬਚਾਵਾਂਗੇ ਪੰਜਾਬ ਦਾ, ਔਰ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ। ਨਹੀਂ ਨਹੀਂ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ, ਉਹ ਪੁਰਾਣਾ ਕੇਸ ਚੱਲ ਰਿਹਾ। ਨਹੀਂ ਨਹੀਂ ਨਹੀਂ, ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ, ਉਹ ਤਾਂ ਜੀ 2 ਵਾਰ ਤਾਂ ਉਹ ਬਦਲਤੇ, ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਅਕਾਲੀ ਦਲ ਵੱਲੋਂ, ਠੀਕ ਹੈ ਨਾ। ਇਨਸਾਫ ਜਿਹੜਾ ਉਹ ਮਿਲਣਾ ਹੀ ਮਿਲਣਾ ਇਹਦੇ 'ਚ ਭਾਵੇਂ, ਹਾਂ ਕਿਉਂਕਿ ਉਹ 2 ਗੌਰਮੈਂਟਾਂ ਇਹੋ ਜਿਹੀਆਂ ਸੀ ਜਿਹੜੀਆਂ ਕੇਸ ਨੂੰ ਇੰਨਾ ਜ਼ਿਆਦਾ ਖਰਾਬ ਕਰ ਗਈਆਂ ਕਿ ਸਾਨੂੰ ਰੀਰਾਈਟ ਕਰਨਾ ਪੈ ਰਿਹਾ ਲਗਭਗ, ਪਰ ਇਨਸਾਫ ਜ਼ਰੂਰ ਮਿਲੂਗਾ। ਸਾਡੇ ਵੱਲੋਂ ਕਦੇ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਹੋਊਗਾ ਕਿ ਅਸੀਂ ਆਹ ਰੋਕ ਲਓ ਜਾਂ ਉਹ ਰੋਕ ਲਓ, ਇਹ ਸਾਡੀ ਨਾ ਤਾਂ ਡਿਕਸ਼ਨਰੀ 'ਚ ਹੈ ਅਤੇ ਨਾ ਹੀ ਸਾਡੇ ਸੁਭਾਅ 'ਚ ਹੈ। ਹੈ ਜੀ, ਕੀ ਚੱਲ ਜੀ, ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਉਹ ਹੈ, ਜਾਂ ਤਾਂ ਕਾਂਗਰਸ ਦਾ ਸਟੈਂਡ ਕੀ ਹੈ, ਕਿਉਂਕਿ ਅੱਧੀ ਕਾਂਗਰਸ ਕੁਛ ਹੋਰ ਬੋਲੀ ਜਾਂਦੀ ਹੈ, ਅੱਧੀ ਕਾਂਗਰਸ ਕੁਛ ਹੋਰ ਬੋਲੀ ਜਾਂਦੀ ਹੈ ਨਾ। ਸੋ ਇਹ ਉਹਨਾਂ ਦਾ ਸਟੈਂਡ ਹੈ, ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਹਾਂ ਕਰਦੇ, ਕਿਉਂਕਿ ਮੈਂ ਇਕੱਲਾ ਕਿਸੇ ਖਾਸ MP ਦਾ ਨਹੀਂ, ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ। ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਨਾ, ਉਸੇ ਸੰਵਿਧਾਨ ਮੁਤਾਬਕ ਕੱਲ੍ਹ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੈਨੂੰ ਚੱਲ। ਤਿੰਨ ਸਟੇਟਾਂ ਨੇ ਭੇਜਿਆ ਸੀਗਾ ਜੀ, ਮੈਂ ਇਹੀ ਕਹਿ ਰਿਹਾ ਜੀ ਕਿ ਇਹਨੂੰ ਰਿਫੋਰਮਸ ਦੇ ਵਿੱਚ ਪਾਉਣਾ ਚਾਹੀਦਾ। ਡੈਮੋਕ੍ਰੇਸੀ 'ਚ ਨਾ ਇਲੈਕਟਡ ਲੋਕ ਜਿਹੜੇ ਨੇ ਉਹ ਫੈਸਲੇ ਲੈਂਦੇ ਨੇ, ਸਿਲੈਕਟਡ ਨਹੀਂ ਲੈਂਦੇ। ਹੁਣ ਮੈਂ ਚਾਂਸਲਰ ਲਾਉਣਾ, ਵਾਈਸ ਚਾਂਸਲਰ ਲਾਉਣਾ ਮੈਂ, ਤਾਂ ਲੋਕਾਂ ਵੱਲੋਂ 92 ਸੀਟਾਂ ਨਾਲ ਦੇ ਕੇ ਮੈਨੂੰ ਚੁਣਿਆ ਗਿਆ, ਤਾਂ ਡਿਸੀਜਨ ਤਾਂ ਇਲੈਕਟਡ ਹੀ ਲੈਣਗੇ ਨਾ। ਜੇ ਮੈਂ ਗਲਤ ਡਿਸੀਜਨ ਲੈ ਲੂੰਗਾ ਅਗਲੇ ਇਲੈਕਸ਼ਨ ਦੇ ਵਿੱਚ ਲੋਕ ਮੈਨੂੰ ਹਟਾ ਦੇਣਗੇ, ਠੀਕ ਹੈ। ਪਰ ਇੱਥੇ ਕੀ ਹੈ, ਮੈਂ ਚੁਣ ਕੇ ਦਿਊਂਗਾ 3 ਬੰਦੇ ਰਾਜਪਾਲ ਨੂੰ, ਰਾਜਪਾਲ ਉਹਨਾਂ 'ਚੋਂ 1 ਬੰਦੇ ਨੂੰ ਸਿਲੈਕਟ ਕਰ ਲੂਗਾ। ਫਿਰ ਉਹ ਕੌਣ ਹੈ ਜੀ, ਸਿਲੈਕਟਡ।
ਔਰ ਪਿਛਲੀਆਂ ਤਿੰਨ ਇਲੈਕਸ਼ਨਾਂ ਹਾਰਿਆ ਹੋਇਆ ਅਤੇ ਫਿਰ ਅਸੀਂ ਚੱਲਦੀ ਕਿਹਦੀ ਹਾਰਿਆ ਜਿੱਤੇ ਚੱਲਦੀ। ਸੋ ਇਹ ਰਿਫੋਰਮਸ ਦੇ ਵਿੱਚ ਆਉਣਾ ਚਾਹੀਦਾ ਕਿ ਜਿਹੜੇ ਡਿਸੀਜ਼ਨ ਨੇ ਗੌਰਮੈਂਟ ਨਾਲ ਰਿਲੇਟਡ ਉਹ ਇਲੈਕਟਡ ਬੰਦੇ ਕਰਨ। ਕੱਲ੍ਹ ਨੂੰ ਗਲਤ ਡਿਸੀਜ਼ਨ ਹੋ ਗਿਆ ਤਾਂ ਉਹਨਾਂ ਨੂੰ ਲੋਕ ਸਜ਼ਾ ਦੇ ਦੇਣਗੇ, ਅਤੇ ਇਹਨਾਂ ਨੂੰ ਕੌਣ ਸਜ਼ਾ ਦੇਊਗਾ ਜੀ ਜੇ ਇਹਨਾਂ ਤੋਂ ਗਲਤ ਡਿਸੀਜ਼ਨ ਹੋ ਗਿਆ? ਇਹ ਤਾਂ ਕਿਸੇ ਹੋਰ ਸਟੇਟ ਦੇ ਬਣ ਜਾਣਗੇ ਜਾ ਕੇ, ਅਸੀਂ ਤਾਂ ਇੱਥੇ ਰਹਿਣਾ। ਸੋ ਉਹਨਾਂ ਨੇ ਬਿੱਲ ਰਾਸ਼ਟਰਪਤੀ ਜੀ ਨੂੰ ਭੇਜਤਾ, ਉਹਨਾਂ ਨੇ ਵਾਪਸ ਭੇਜਤਾ। ਅੱਗੇ ਅਸੀਂ ਸਲਾਹ ਲੈ ਰਹੇ ਹਾਂ। ਇਹ ਤਾਂ ਉਹਨਾਂ ਨੂੰ ਪੁੱਛ ਲਓ ਜਿਹਨੇ ਕੀਤਾ ਨਾ। ਨਹੀਂ ਐਕਟ ਕੀ ਹੈ? ਐਕਟ ਤਾਂ ਸਿਲੈਕਟਡ ਅਤੇ ਇਲੈਕਟਡ 'ਚ ਫਰਕ ਹੈ। ਕਿਸੇ ਸੈਮੀਨਾਰ ਦਾ ਉਦਘਾਟਨ ਕਰਨ, ਯੂਨੀਵਰਸਿਟੀ 'ਚ ਕੋਈ ਹੋਰ ਕਿਸੇ ਵੱਡੇ ਪੱਧਰ ਦਾ ਕੋਈ ਸੈਮੀਨਾਰ ਹੋ ਰਿਹਾ ਉੱਥੇ ਜਾਣ, ਇਹਦਾ ਮਤਲਬ ਥੋੜ੍ਹੀ ਕਿ ਪਿੰਡਾਂ 'ਚ ਉਹ ਦੌਰਾ ਕਰਨਗੇ, ਹੁਣ ਰੋਡ ਸ਼ੋਅ ਕਰਨਗੇ ਅਤੇ ਮੇਰੀ ਅੱਧੀ ਸਰਕਾਰ ਲੈ ਜਾਂਦੇ ਮੇਰੀ ਨਾਲ। ਅੱਜ ਵੀ ਨਹੀਂ ਹੈਗੇ। ਕੌਣ ਕਹਿੰਦਾ ਜੀ? ਕੌਣ ਕਹਿੰਦਾ ਜੀ? ਮੈਂ ਮਿਲਦਾ ਨਹੀਂ, ਮੈਂ ਤਾਂ ਹੁਣ ਤਾਂ ਅਜੇ ਸਹੁੰ ਚੁੱਕ ਸਮਾਗਮ 'ਚ ਇਕੱਠੇ ਸੀ। ਅਲਜਨਾ ਇਹ ਸਿਰਫ ਉਹੀ ਰਾਜਪਾਲ ਕਿਉਂ ਕਰ ਰਹੇ ਨੇ ਜਿੱਥੇ ਬੀਜੇਪੀ ਦੀ ਗੌਰਮੈਂਟ ਨਹੀਂ ਹੈਗੀ? ਜਿੱਥੇ ਬੀਜੇਪੀ ਦੀ ਗੌਰਮੈਂਟ ਹੈ ਉੱਥੋਂ ਵਾਲੇ ਰਾਜਪਾਲ ਕਿਉਂ ਨਹੀਂ ਕਰਦੇ? ਤਾਂ ਕਾਰਨ ਉਹੀ ਉਹੀ ਤੰਗ ਕਰਨਾ ਬਸ, ਪਰ ਉਹ ਤੰਗ ਹੋਣ ਵਾਲੇ ਸੀ ਹੈ ਨਹੀਂ। ਪੰਜਾਬ ਨਾਲ ਇਸ ਕਿਸਮ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਨ ਕਿ ਇੱਕ ਪਾਸੇ ਜਿਹੜਾ ਇਲੈਕਟਡ ਹੋਣ, ਇੱਕ ਪਾਸੇ ਸਿਲੈਕਟਡ ਹੋਣ, ਜਾਂ ਕੋਈ ਪੰਜਾਬ ਦੀ ਭਾਈਚਾਰਕ ਏਕਤਾ ਨੂੰ ਜਿਹੜਾ ਕੋਈ ਇਸ ਤਰ੍ਹਾਂ ਨੁਕਸਾਨ ਪਹੁੰਚੇ। ਮੈਂ ਆਦਰ ਸਹਿਤ ਬੇਨਤੀ ਕਰਦਾ, ਮੈਥੋਂ ਸੀਨੀਅਰ ਨੇ ਵੱਡੇ ਨੇ, ਕਿ ਕਿਰਪਾ ਕਰਕੇ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਕਿ ਮੈਂ ਚਾਹੁੰਦਾ ਕਿ ਚੰਗੇ ਸੰਬੰਧ ਬਣੇ ਰਹਿਣ। ਉਹ ਆਪਣਾ ਸੰਵਿਧਾਨਕ ਅਹੁਦਾ ਉਹਨਾਂ ਦਾ ਵੀ, ਉਹ ਆਪਣਾ ਫਰਜ਼ ਅਦਾ ਕਰਨ, ਅਸੀਂ ਆਪਣਾ ਫਰਜ਼। ਨਹੀਂ, ਸਪੈਸ਼ਲ ਪੈਕੇਜ ਦਾ ਮਤਲਬ ਇਹ ਹੈ ਕਿ ਇੱਥੇ ਆਵਾਂਗੇ, ਜਦੋਂ ਆ ਕੇ ਕੰਮ ਕਰਾਂਗੇ, ਜਿਹੜੇ ਕੰਮ ਹੋ ਜਾਣਗੇ ਸਪੈਸ਼ਲ ਪੈਕੇਜ ਹੀ ਹੈ, ਠੀਕ ਹੈ ਨਾ। ਸੋ ਗਲੀਆਂ ਨਾਲੀਆਂ ਦੀ ਪ੍ਰੋਬਲਮ ਹੈ, ਕੋਈ ਛੋਟ, ਹਾਲਾਂਕਿ ਉਹ ਨਗਰ ਨਿਗਮ ਦੀ ਹੈ ਔਰ ਨਗਰ ਨਿਗਮ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲ ਹੈ, ਠੀਕ ਹੈ ਨਾ। ਪਰ ਹਾਂਜੀ, ਨਹੀਂ ਹੁਣ ਕਰਾਂਗੇ ਨਾ, ਠੀਕ ਕਰਾਂਗੇ ਔਰ ਸਭ ਕੁਛ। ਔਰ ਇੱਕ ਵਾਰੀ ਫਿਰ ਮੈਂ ਤੁਹਾਡੇ ਜ਼ਰੀਏ ਜਲੰਧਰ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ, ਨਹੀਂ ਪਾਈਆਂ ਉਹਨਾਂ ਦਾ ਵੀ, ਕਿਉਂਕਿ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਪਾਰਟੀਸਪੇਟ ਕਰਨਾ ਹੀ ਬਹੁਤ ਵੱਡੀ ਗੱਲ ਹੈ। ਅਤੇ ਬਾਕੀ ਹਰ ਹਫ਼ਤੇ ਆਪਾਂ ਮਿਲਦੇ ਰਹਾਂਗੇ, ਅਤੇ ਹਜੇ ਇਹਦੇ ਬਾਰੇ ਤਾਂ ਕੋਈ ਇਸ ਤਰ੍ਹਾਂ ਦਾ ਹਾਂਜੀ। ਪਰ ਫਿਲਹਾਲ ਬਹੁਤ ਲੰਬੇ ਇਲੈਕਸ਼ਨ ਕੋਰਟ 'ਚੋਂ ਨਿਕਲੇ ਹਾਂ, ਤਾਂ ਹੁਣ ਜਿਹੜੀਆਂ ਫਾਈਲਾਂ ਅਧੂਰੀਆਂ ਪਈਆਂ ਨੇ ਛੇਤੀ ਛੇਤੀ ਉਹ ਪੂਰੀਆਂ ਕਰਦੀਆਂ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ।